ਜਦੋਂ ਜਿਹੜੇ ਤੇ ਸਿੱਖ ਰਹਿੰਦੇ ਸਨ ਉਹਨਾਂ ਦਾ ਨਾਂ ਨੂੰ ਕੀ ਸਨ ਕੋਈ ਯਾਦ ਜੀ ਜਿਹੜੇ ਦੱਸੋ ਹਾਂ ਨਾ ਕਿਹੜਾ ਇੱਕ ਕਰਮ ਸਿੰਘ ਸੀ ਧਿਆਨ ਸਿੰਘ ਸੀ ਅਰੋੜ ਸਿੰਘ ਮੰਗਾ ਸਿੰਘ ਆਪਣਾ ਬਾਬਾ ਵਜੀਰਾ ਇਹਨੇ ਸਿੱਖ ਆਖਿਆ ਥੋੜੇ ਬੰਦੇ ਸਾਰੇ ਹੁੰਦੇ ਸਨ ਦੋ ਚਾਰ ਚਾਰ ਜੀ ਉਦੋਂ ਆਬਾਦੀ ਘੱਟ ਸੀ ਨਾ ਹੁਣ ਆਬਾਦੀ ਥੋੜੀ ਉੱਕਾ ਉਹਨਾਂ ਦੀਆਂ ਜਿਹੜੀਆਂ ਵੇਰੀਆਂ ਸਨ ਉੱਥੇ ਹੁਣ ਘਰ ਨਹੀਂ ਪੂਰੇ ਹੁੰਦੇ ਪਏ ਨਾਜ਼ਰੀਨ ਪਿੰਡ ਪਹੁੰਚਿਆ ਜੀ ਸੋਲ ਕਲਾਂ ਇਹਨੇ ਵੱਡਾ ਸੋਲ ਇਹ ਪਿੰਡ ਜਿਹੜਾ ਜ਼ਿਲ੍ਹਾ ਸ਼ਿਵਪੁਰ ਚ ਪੈਂਦਾ ਸਾਨੂੰ ਕਾਫੀ ਚੜ੍ਹਦੇ ਪੰਜਾਬ ਕਮੈਂਟਸ ਆ ਰਹੇ ਸੀ ਕਿ ਜੀ ਸੋਲ ਕਲਾਂ ਦੀ ਦੁਬਾਰਾ ਵੀਡੀਓ ਲਾਜ਼ਮੀ ਬਣਾਓ ਜੀ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਜਿਹੜਾ ਪਿੰਡ ਦਾ ਵਸਨੀਕ ਬਜ਼ੁਰਗ ਸਾਡੇ ਨਾਲ ਬੈਠਾ ਹੋਇਆ ਇਹਨਾਂ 47 ਟਾਈਮ ਦੀਆਂ ਪੁਰਾਣੀਆਂ ਗੱਲਾਂ ਕਰਾਂਗੇ ਕਿ ਇੱਥੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਦੇ ਯਾਨੀ ਕਿੰਨੇ ਮਜ਼ਮਾਂ ਦੇ ਲੋਕ ਰਹਿੰਦੇ ਸਨ ਅਤੇ 47 ਟਾਈਮ ਜਦੋਂ ਆਹ ਵਾਪਰਿਆ ਹੋਇਆ ਵੰਡ ਹੋਈ ਪਾਰਟੀਸ਼ਨ ਹੋਈ ਉਹ ਕਿਵੇਂ ਕਿਵੇਂ ਇਧਰੋਂ ਗਏ ਉਹਨਾਂ ਦੇ ਘਰ ਬਾਰ ਕਿੱਥੇ ਸਨ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਜਿੰਨੀਆਂ ਵੀ ਇੱਥੇ ਮਜ਼ਹਬ ਲੋਕ ਸਨ ਰਹਿੰਦੇ ਸਨ ਉਹਨਾਂ ਦਾ ਆਪਸ 'ਚ ਪਿਆਰ ਮੁਹੱਬਤ ਕਿਵੇਂ ਦਾ ਸੀ ਇਹ ਸਾਰੀਆਂ ਗੱਲਾਂ ਬਜ਼ੁਰਗਾਂ ਨਾਲ ਕਰਨੇ ਆ ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਕੋਲ ਪਹੁੰਚੇ ਅਸਲਾਮ ਅਲੈਕੁਮ ਜੀ ਬਜ਼ੁਰਗੋ ਕੀ ਹਾਲ ਠੀਕ ਹੈ ਜੀ ਠੀਕ ਕੀ ਨਾਂ ਆਪਣਾ ਬਜ਼ੁਰਗੋ ਮੁਹੰਮਦ ਅਲੀ ਮੁਹੰਮਦ ਅਲੀ ਹਾਂਜੀ ਸਾਡੇ ਅੱਬਾ ਜੀ ਦਾ ਕੀ ਨਾਮ ਅਬਦੁੱਲਾ ਅਬਦੁੱਲਾ ਤੇ ਦਾਦੇ ਦਾ ਵੀ ਨਾਮ ਦਾਦਾ ਤੁਹਾਡਾ ਦਾਦਾ ਹਾਂਜੀ ਪੀਰਾਂ ਦਿੱਤਾ ਪੀਰਾਂ ਦਿੱਤਾ ਸਹੀ ਹੈ ਬਜ਼ੁਰਗੋ ਆਪਣੀ ਦਾਤ ਕਿਹੜੀ ਅਨਸਾਰੀ ਅਨਸਾਰੀ ਤੁਸੀਂ ਤੇ ਤੁਸੀਂ ਇੱਥੋਂ ਦੇ ਬਛਿੰਦੇ ਹੋ ਹਾਂਜੀ ਵਸਨੀਕ ਪਿੰਡ ਹੈ ਤੇ ਬਜ਼ੁਰਗੋ ਕਿਹੜਾ ਪਿੰਡ ਜਿੱਥੇ ਬੈਠੇ ਹਾਂ ਆ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ ਹੁਣ ਸੋਲ ਹੋਰ ਕਿਹੜਾ ਸੋਲ ਵੱਡੀ ਹਾਂ ਤੇ ਜ਼ਿਲ੍ਹਾ ਕਿਹੜਾ ਇੱਥੋਂ ਦਾ ਸ਼ੇਖਪੁਰ ਸ਼ੇਖਪੁਰ ਤੇ ਇਹਦੇ ਨਾਲ ਕੋਈ ਦੋ ਚਾਰ ਪਿੰਡ ਦੱਸੇ ਕਿਹੜੇ ਕਿਹੜੇ ਨੇ ਭਲਾ ਤੁਹਾਨੂੰ ਗੁਆਂਢੀ ਪਿੰਡ ਨਾਲ ਦੇ ਇਹਦੇ ਸਾਡੇ ਹਾਂਜੀ ਸਾਡੇ ਨੇੜੇ ਨੇੜੇ ਨਿੱਠਰ ਕੇ ਉਹ ਗੁਜਰਾਂ ਵਾਲੇ ਚ ਨੇ ਚਲੋ ਜਿਹਦੇ ਚ ਵੀ ਆਉਣਾ ਜੀ ਨਾਲ ਨਾਲ ਪਿੰਡ ਦੋ ਚਾਰ ਦੱਸ ਦਿਓ ਨਾਨਾ ਕੋਟ ਹਾਂਜੀ ਹਾਜਨੇ ਵਾਲਾ ਕੀਲ ਹਜਨੇ ਵਾਲਾ ਇਹ ਆਲ ਦੁਆਲੇ ਪਿੰਡ ਆਸਿਆਂ ਡੇਰਾ ਆ ਦੂਜਾ ਝਾੜ ਝੂੜ ਸਾਰੇ ਨੇੜੇ ਹੀ ਨੇ ਗੱਲ ਬਿਲਕੁਲ 47 ਟਾਈਮ ਇਹਦਾ ਨੰਬਰਦਾਰ ਕਿੰਨੇ ਹੁੰਦੇ ਆ ਤੁਹਾਡੇ 47 ਟਾਈਮ ਨੰਬਰਦਾਰ ਕਿੰਨੇ ਆ ਪਿੰਡ ਦੇ ਇੱਕੋ ਹੀ ਸੀ ਕਿਹੜਾ ਸੀ ਨੰਬਰਦਾਰ ਤੁਹਾਡਾ ਪਿਆਰਾ ਸਿੰਘ ਪਿਆਰਾ ਸਿੰਘ ਅੱਛਾ ਯਾਨੀ ਪਿਆਰਾ ਇੱਕੋ ਨੰਬਰਦਾਰ ਸੀ ਇਹਦਾ ਮਤਲਬ ਪਿੰਡ ਜਿਹੜਾ ਉਸ ਟਾਈਮ ਸਿੱਖਾਂ ਦਾ ਸੀ ਹਿਸਾਬ ਦਾ ਜ਼ਿਆਦਾ ਸਿੱਖ ਹੀ ਰਹਿੰਦੇ ਤੇ ਨਾਲ ਜਿਹੜਾ ਬਿਲਕੁਲ ਨਾਲ ਪਿੰਡ ਲੱਗਦਾ ਛੋਟਾ ਸੋਲ ਇਹ ਵੀ ਸਿੱਖ ਹਾਂ ਸਿੱਖ ਹਾਂ ਇੱਕੋ ਹੀ ਸਾਡੇ ਬਲਾਦਰ ਹੀ ਸੀ ਉਹ ਤੇ ਅੱਛਾ ਆਪਾਂ ਦੇ ਭਾਈ ਭਾਈ ਸਾਡੇ ਬਿਲਕੁਲ ਤੇ ਹਿੰਦੂ ਖੱਤਰੀ ਵੀ ਆ ਸਕਦੇ ਨਹੀਂ ਪਿੰਡ ਚ ਖੱਤਰੀ ਵੀ ਆ ਸਨ ਕਿੰਨੇ ਘਰ ਹੋਣ ਐਸਾ ਤਿੰਨ ਚਾਰ ਘਰ ਸਿੱਖ ਬਹੁਤੇ ਸਨ ਸਿੱਖ ਬਹੁਤੇ ਤੇ ਮੁਸਲਮਾਨ ਕਿਹੜੀ ਕਿਹੜੀ ਬਰਾਦਰੀ ਹੁੰਦੀ ਭਲਾ ਲੁਹਾਰ ਜਲਾ ਕਮਿਆਰ ਅੱਛਾ ਅੱਛਾ ਇਹ ਸਨ ਹਾਂ ਸਹੀ ਹੈ ਤੇ ਆਪਣੇ ਪਿੰਡ ਦੇ ਵਿੱਚ ਉਦੋਂ ਮਸੀਤ ਇੱਕ ਸੀ ਕਿ ਦੋ ਇੱਕੋ ਹੀ ਗੁਰਦੁਆਰੇ ਇੱਕੋ ਹੀ ਗੁਰਦੁਆਰਾ ਵੀ ਇੱਕ ਸੀ ਤੇ ਖੱਤਰੀਆਂ ਨੇ ਕੋਈ ਮੰਦਿਰ ਬਣਾਇਆ ਸੀ ਕਿ ਨਹੀਂ ਹਿੰਦੂਆਂ ਨੇ ਉਹਨਾਂ ਦਾ ਵੱਖਰਾ ਕੋਈ ਸੀ ਅੱਛਾ ਅੱਛਾ ਸਹੀ ਹੈ ਬਿਲਕੁਲ ਕੋਈ ਉਹਨਾਂ ਸਿੱਖਾਂ ਦੀ ਬਰਾਦਰੀ ਦਾ ਪਤਾ ਕਿਹੜੀ ਬਰਾਦਰੀ ਦੇ ਹਾਂ ਉਹ ਸੋਹਣੀ ਸਨ ਕੇ ਅੱਛਾ ਸੋਹਣ ਮੈਂ ਜੀ ਉਹ ਸੋਹਣ ਨਾਥਰੀ ਚਾ ਉਹ ਉਹਨਾਂ ਦੀ ਜ਼ਾਤ ਹੀ ਸੋਹ ਸੀ ਅੱਛਾ ਅੱਛਾ ਹਾਂ ਸੋਹਲ ਜ਼ਾਤ ਦੇ ਹਾਂ ਸਹੀ ਹੈ ਤੇ ਆਪਣਾ ਕੀ ਕੰਮ ਕਾਰ ਭਲਾ ਕਰਦੇ ਹੁੰਦੇ ਹਾਂ ਕਾਰੋਬਾਰ ਆਪਣਾ ਸਾਰੇ ਜ਼ਮੀਨ ਨਾਲ ਆਇਆ ਬਾਬੇ ਦੇ ਉਤਰ ਕੇ ਜ਼ਮਾ ਆ ਜਾਓ ਜ਼ਮੀਨ ਆ ਉਹਨਾਂ ਦੀ ਆਇਓ ਤੁਸੀਂ ਵਿੱਚ ਹਾਂ ਇੰਟਰਵਿਊ ਹੁੰਦਾ ਪਿਆ ਇਹ ਬਾਬਾ YouTube ਹੈ ਨਾ ਬਹੁਤੀ ਜ਼ਮੀਨ ਭਲਾਕੀ ਦੀ ਸੀ ਕਿਹੜੇ ਸਿੱਖ ਦੀ ਬਹੁਤੀ ਸਾਰਿਆਂ ਦੀ ਸਾਂਝੀ ਜੋ ਸੀ ਅੱਗੋਂ ਭਾਵੇਂ ਵੱਡਾ ਇਹਨਾਂ ਦੀ ਜਿਹੜੀ ਉਹ ਸਾਰੀ 8-9 ਪੈ ਗਈਆਂ ਸੀ ਤੇ ਅੱਗੋਂ ਵੰਡਿਆ ਅੱਗੋਂ ਭਾਵੇਂ ਪੈ ਪੈ ਜਾਵੇ ਉਹ ਤੇ ਫਿਰ ਤੁਹਾਡੀ ਗੱਲ ਸਹੀ ਹੈ ਹੁਣ ਸਾਡੀ ਪੰਜ ਹੁਣ ਤਾਂ ਗੁਲਾਦ ਹੋਣੀ ਤੋਂ ਅਗਰ ਮਰਦਿਆ ਤੇ ਆ ਨਹੀਂ ਮੇਰੇ ਕਹਿਣ ਦਾ ਮਕਸਦ ਕਿ ਸਿੱਖ ਵਿੱਚੋਂ ਜ਼ਿਆਦਾ ਜ਼ਮੀਨ ਜਿਹੜੀ ਨੰਬਰਦਾਰ ਦੀ ਸੀ ਹੋਰ ਕਿਸੇ ਦੀ ਸੀ
ਇੱਕ ਦੋ ਮਰਬਾ ਹੋਈ ਚਾਰ ਨਹੀਂ ਇੱਕੋ ਜਿਹੀ ਸੀ ਅੱਛਾ ਬਿਲਕੁਲ ਪਿੰਡ ਜੀ ਕੋਈ ਬਾਬਾ ਨੂੰ ਅਰਲੀ ਉਹਦੇ ਬਾਬਾ ਪਿਆਰ ਬਾਬਾ ਵਜੀਰ ਆ ਅੱਛਾ ਹਾਂ ਉਹ ਵੱਡਾ ਸੀ ਸਾਰਿਆਂ ਸਿੱਖ ਸੀ ਅੱਛਾ ਵਜੀਰ ਸਿੰਘ ਜੋ ਨਰ ਬਾਬਾ ਵਜੀਰ ਆ ਉਹਦਾ ਸਾਰਾ ਨਾਂ ਚੱਲਦਾ ਸੀ ਅੱਛਾ ਅੱਛਾ ਆ ਜਗਾ ਸੇ ਬਾਬਿਆਂ ਦਾ ਖੂਹ ਉਹਦਾ ਹੀ सिखा ने एक पासे पौनी अपनी लाई थी मुसलमान ने अपनी लाई अच्छा पानी एक भर लाई खूह एक चरखड़िया लादा लादा मुसलमान अपने भर जाए चलो वखरी ही पौनी दो लगी ना ना इको एक आपो अपनी चलो अपने अपने दो वेखिया अच्छा बुजुर्गो तो गुरुद्वारे विच कोई सी खुई अंदर नहीं नहीं गुरुद्वारे विच नहीं ना ओ जो पासे दे सी हां सही आ गुरुद्वारा क्या नाल मस्जिद वाले खू सी अच्छा मस्जिद तो गुरुद्वारा लागे लागे सा ना हां अच्छा सही जिन्ना का घर मकान दा फर्क है इन्ने की हां जी हां जी सही ਜਿਹੜੇ ਜਿਹੜੇ ਤਾਂ ਸਿੱਖ ਰਹਿੰਦੇ ਸਨ ਉਹਨਾਂ ਦਾ ਨਾਂ ਨੂੰ ਕੀ ਸਨ ਕੋਈ ਯਾਦ ਜਿਹੜੇ ਦੱਸੋ ਹਾਂ ਨਾ ਕਿਹੜਾ ਇੱਕ ਕਰਮ ਸਿੰਘ ਸੀ ਧਿਆਨ ਸਿੰਘ ਸੀ ਹਾਂ ਹਾਂ ਅਰੂਣ ਸਿੰਘ ਹਾਂ ਅਰੂਣ ਸਿੰਘ ਮੰਗਾ ਸਿੰਘ ਆਪਣਾ ਬਾਬਾ ਵਜੀਰਾ ਅੱਛਾ ਇਹਨੇ ਸਿੱਖ ਆਖਿਆ ਥੋੜੇ ਬੰਦੇ ਸਾਰੇ ਹੁੰਦੇ ਸਨ ਹਾਂ अपनी मर्जी थां जो मर्जी बना चादर सारे काम कर लेंदे सी ये ਤੁਸੀਂ ਹੁੰਦੇ ਰਹੇ ਤੇ ਪਿੰਡ ਚ ਆਪਣੀ ਤੁਹਾਡੀ ਖੱਡੀ ਸੀ ਆਹੋ ਖੱਡੀਆਂ ਆਪੋ ਆਪਣੀਆਂ ਸਾਰੀਆਂ ਮੇਰਾ ਕਹਿੰਦਾ ਮਖਾ ਤੁਹਾਡੀ ਆਪਣੀ ਵੀ ਹੁੰਦੀ ਸੀ ਖੱਡੀ ਆਪਣਾ ਕਰਦੇ ਹੁੰਦੇ ਤੁਸੀਂ ਤੜਕ ਬਣਾਉਂਦੇ ਹੁੰਦੇ ਖੇਤ ਕੋ ਸਾਰਾ ਸਮਾਨ ਉਹ ਵੀ ਖੱਡੀਆਂ ਵਾਲੀ ਜਗ੍ਹਾ ਵੱਖਰੀ ਸੀ ਉੱਥੇ ਆਪਣਾ ਕੋ 10 12 ਖੱਡੀਆਂ ਸਨ ਜਿਹੜੇ ਹੁੰਦੇ ਸਨ ਅੱਛਾ ਹਾਂ अपना बार दा कारोबार कर लेना ते जदो टाइम लगना ओथे दो चार का जो लेने कपड़ा भी देसी कपड़ा हुंदा सी अपना कपाई भी आप बिजनियां आप कतनियां और सारा कोई होना बाबा के डांस तो तुम बोला अच्छा ते 8-9 साल दा है सा डंगरा मगर जाईदा सी माल चढ़दा ना हां बकरियां चार एक
जमीन थी घोड़ी फेर के लई जमीन अच्छा बबरा च हुई बाधी बाधी बेभाव बाधी जाती है दो बबर बनते नहीं मेरा कहने का मकसद पिंड मिक्स ही साइया उन्होंने लाता जिम्मे साइया बस्ती लाता घर सिखा दे मैं कह रहा मिक्स ही नहीं याद कि गल सुनाओ पुरानी भर दो अपने बचपन की शादियां शादी लेने को माड़ा मोटा कोई खेला खुला के में दिया की खेड़ते खुड़ते हो बस सारा दिन मज्जे ही चार दे रहे हो मज्जा ही चार ही कुड़िया कुड़िया नहीं खेड़ते पहले अपना खेला हूँ दिया ही मैच ये तो बाबा जैसे लाल पक्की के जान छड़ाने बाबा मैं छड़नी कोड़ी जिंदा मैं दसेंगे नहीं लाल पक्की के जान खेड़ दे बाबे बाबे बोलो तू ही ना कुछ थोड़ा तोड़ो के तो जैसे कुछ तोड़ो बड़ा क्यों चेक देते हां चेक ना ये से कर जिंदा लाल पक्की खेड़ दे जाल अच्छा जो बाबे गए ने इतो पिंडो फिर सही निकल गए डर छाए कोई रहा नहीं चले गए फिर बाद आए ने अपना पिंड वेखन संताली तो बाद आए अपने पिंड वेख गए ना सही है चलो ठीक है बाबे।